ਸਨ 1937 ਦੇ ਇਲੈਕਸ਼ਨਸ ਮਗਰੋਂ ਪੰਜਾਬ ਵਿੱਚ ਯੂਨੀਅਨਿਸਟ ਪਾਰਟੀ ਦੇ ਲੀਡਰ ਸਿਕੰਦਰ ਹਯਾਤ ਖਾਨ ਸਰਕਾਰ ਚਲਾ ਰਹੇ ਸੀ। ਉਦੋਂ ਅੰਮ੍ਰਿਤਸਰ ਦੇ ਇੱਕ ਇਲਾਕੇ ਹੁਸੈਨਪੁਰਾ 'ਚ ਇੱਕ ਬੱਚੇ ਨੇ ਜਨਮ ਲਿਆ। ਉਹਦਾ ਨਾਂ ਮੁਹੰਮਦ ਅਫਜ਼ਲ ਰੱਖਿਆ ਗਿਆ, ਪਰ ਦੁਨੀਆ ਅੱਜ ਉਹਨੂੰ ਅਫਜ਼ਲ ਆਸਨ ਰੰਧਾਵਾ ਦੇ ਨਾਂ ਨਾਲ ਜਾਣਦੀ ਹੈ। ਰੰਧਾਵਾ ਦੀ ਸ਼ਖਸੀਅਤ ਉੱਪਰ ਦੋ ਮਕਾਮਾਤ, ਦੋ ਅਸਥਾਨਾਂ ਦਾ ਬੜਾ ਅਸਰ ਸੀ। ਇੱਕ ਸੀ ਅਕਾਲ ਤਖ਼ਤ ਅੰਮ੍ਰਿਤਸਰ ਅਤੇ ਦੂਜਾ ਕਿਆਮਪੁਰ। ਜੇ ਤੁਸੀਂ ਰੰਧਾਵਾ ਜੀ ਦੀਆਂ ਲਿਖਤਾਂ, ਉਹਨਾਂ ਦੇ ਸਾਥ ਨੂੰ ਖੋਜੋ, ਪੜ੍ਹੋ, ਖੋਲੋ ਤੇ ਤੁਹਾਨੂੰ ਇਹ ਗੂੜੀ ਜੁੜਤ ਜ਼ਰੂਰ ਮਹਿਸੂਸ ਹੋਏਗੀ। ਰੰਧਾਵਾ ਹੋਰੀ ਆਪਣੀ ਜ਼ਿੰਦਗੀ 'ਚ ਕਹਿੰਦੇ ਸੀ ਕਿ ਪੰਜਾਬ ਮੇਰਾ ਸੈਂਟਰ ਆਫ ਯੂਨੀਵਰਸ ਹੈ, ਪੰਜਾਬ ਦੀ ਵੰਡ ਮੈਥੋਂ ਕਦੀ ਚੱਲੀ ਨਹੀਂ ਗਈ। ਉਹ ਆਪਣੀ ਐਪਿਕ ਪੋਇਮ ਛੇਕੜਲੀ ਚੀਕ ਨੂੰ ਪੰਜਾਬ ਦੀ ਚੀਕ ਦੱਸਦੇ ਹਨ। ਰੰਧਾਵਾ ਜੀ ਦੀਆਂ ਲਿਖਤਾਂ ਵਿੱਚ ਪੰਜਾਬ ਦੇ ਅਸਲ ਅੱਖਰ ਪੜ੍ਹਨ ਨੂੰ ਮਿਲਦੇ ਨੇ। ਇੱਕ ਵਾਰੀ ਉਹਨਾਂ ਨੇ ਦੱਸਿਆ ਕਿ ਮੇਰੀ ਨਾਨੀ ਤੇ ਮੇਰੀ ਦਾਦੀ ਮੇਰੀਆਂ ਡਿਕਸ਼ਨਰੀਜ਼ ਨੇ।